ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਟੂਡੇ ਪੰਜਾਬ ਨੂੰ ਚੈਨਲ ਤੇ ਮੈਂ ਹਾਂ ਤਰਸੀਮ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੇ ਦਿਨ ਦੀਆਂ ਸਵੇਰ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਦੋਸਤੋ ਇਹਨਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲੇ ਇੱਕ ਵਾਰੀ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ ਹੜਤਾਲੀ ਅਧਿਕਾਰੀਆਂ ਨੂੰ ਕੁੜਕੀ ਦੇ ਮਗਰੋਂ ਸੋਸ਼ਲ ਮੀਡੀਆ ਤੇ ਸ਼ਾਇ ਭਗਵਾਨ ਆਤਮਾ ਲੋਕ ਬੋਲੇ ਵੈਲ ਡਨ ਸੀਐਮ ਮਾਨਾ ਪੰਜਾਬ ਚ ਗੰਤਾਂਤਤਰ ਦੇ ਹਾਰੇ ਨੂੰ ਲੈ ਕੇ ਅਲਰਟ ਜਾਰੀ ਡੀਜੀਪੀ ਨੇ ਪੁਲਸ ਫੋਰਸ ਨੂੰ ਦਿੱਤੇ ਖਾਸ ਨਿਰਦੇਸ਼ ਪੰਜਾਬ ਦੇ 13 ਡੋਲਪਲਾਜਾਂ ਤੇ ਕਿਸਾਨਾਂ ਦੇ ਦਰਨੇ ਦਾ ਮਾਮਲਾ ਹਾਈ ਕੋਰਟ ਨੇ ਜਾਰੀ ਕੀਤਾ ਇਹ ਹੁਕਮ ਹੈ ਹੁਣ ਮਹਤਵਪੂਰਨ ਲੈ ਸਕੋਗੇ ਆਈਪੀਐਲ ਦਾ ਮਜ਼ਾ ਕ੍ਰਿਕਟ ਦੇ ਚਾਹਵਾਨਾਂ ਲਈ ਰਿਲਾਇੰਸ ਨੇ ਬਣਾਇਆ ਇੱਕ ਖਾਸ ਪਲਾਨ ਪੰਜਾਬ ਚ ਅਨਮਤੇ ਸਮਾਨੇ ਹੜਤਾਲ ਤੇ ਗਏ 108 ਐਮੂਲਸ ਐਸੋਸੀਏਸ਼ਨ ਦੇ ਮੁਲਾਜ਼ਮਾਂ ਪੰਜਾਬ ਦਾ ਬਦਲੇਗਾ ਮੌਸਮ ਅੱਜ ਤੇ ਕੱਲ بارش ਦਾ ਅਲਰਟ 14 ਤੇ 15 ਜਨਵਰੀ ਨੂੰ ਸੰਘਣੀ ਧੁੰਦ ਦੇ ਆਸਾਰ ਬਜ਼ੁਰਗਾਂ ਲਈ ਕੁਝ ਖਾਬੇ 3000 ਰੁਪਏ ਪ੍ਰਤੀ ਮਹੀਨਾ ਵਾਧੇਗੀ ਪੈਨਸ਼ਨ ਟੈਕਸ ਵੀ ਮਿਲੇਗੀ ਛੋਟ ਸਰਕਾਰ ਨੇ ਬਣਾਈ ਯੋਜਨਾ ਸੜਕ ਤੇ ਖੜੇ ਬਹਾਨਾ ਦਾ ਕਟਿਆ ਜਾਵੇਗਾ ਚਲਾਨ ਟਰਾਂਸਪੋਰਟ ਮੰਤਰੀ ਨੇ ਜਾਰੀ ਕੀਤੇ ਹੁਕਮ ਕੈਨੇਡਾ ਦੀ ਪੀਆਰ ਓਡੀਕ ਰਹਿ ਲੋਕਾਂ ਨੂੰ ਜਲਦ ਮਿਲੇਗੀ ਖੁਸ਼ਖਬਰੀ ਸਰਕਾਰ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ 5000 ਤੋਂ 10000 ਰੁਪਏ ਦੇ ਰਹੀ ਹੈ ਇੰਜ ਕਰੋ ਅਪਲਾਈ ਹਾਈਵੇ ਅਥਾਰਟੀ ਨੇ ਕਿਸਾਨਾਂ ਨੂੰ ਬਿਨਾਂ ਦੱਸੇ ਹੀ ਵਾਅਦਾ ਦਿੱਤੀ 5 ਏਕੜ ਫਸਲ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ 'ਚ ਫਿਰ ਵੱਡੀ ਕੁੱਤਾਹੀ ਤਾਂ ਦੋਸਤੋ ਇਹ ਸੀਗੀਆਂ ਆਪਣੀਆਂ ਇਸ ਵੇਲੇ ਦੀਆਂ ਚੋਣਵੀਂ ਖਬਰਾਂ ਹੁਣ ਗੱਲਬਾਤ ਕਰਦੇ ਜੀ ਇਹਨਾਂ ਖਬਰਾਂ ਦੀ ਵਿਸਤਾਰ ਨਾਲ ਪਹਿਲੀ ਖਬਰ ਹੈ ਕਿ ਹਰਤਾਲੀ ਅਧਿਕਾਰੀਆਂ ਨੂੰ ਘੁਰ ਕੇ ਦੇਣ ਮੰਗ ਰਹੇ ਸੋਸ਼ਲ ਮੀਡੀਆ ਤੇ ਸ਼ਾਇ ਭਗਵਾਨਤਮਨ ਲੋਕ ਬੋਲੇ ਵੈਲ ਡਨ ਸੀਐਮ ਪਿਛਲੇ ਕਈ ਦਿਨਾਂ ਤੋਂ ਹੜਤਾਲ ਤੇ ਚੱਲ ਰਹੀ ਸੂਬੇ ਭਾਰ ਦੇ ਪੀਸੀਐਸ ਅਧਿਕਾਰੀਆਂ ਨੂੰ ਵਾਪਸ ਡਿਊਟੀ ਤੇ ਬੁਲਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੁੱਧਵਾਰ ਸਵੇਰੇ ਦਿੱਤੀ ਗਈ ਘੁਰਕੀ ਦਾ ਅਸਰ ਬੇਸ਼ੱਕ ਦੁਪਹਿਰ ਨੂੰ ਹੜਤਾਲ ਖਤਮ ਹੋਣ ਦੇ ਰੂਪ ਵਿੱਚ ਦੇਖਣ ਨੂੰ ਮਿਲਿਆ ਮੁੱਖ ਮੰਤਰੀ ਮਾਨ ਨੇ ਇਸ ਕਦਮ ਨੂੰ ਸੋਸ਼ਲ ਮੀਡੀਆ ਤੇ ਚੰਗਲਾ ਚੰਗਾ ਫੈਸਲਾ ਦੱਸ ਕੇ ਯੂਜ਼ਰਸ ਨੇ ਮੁੱਖ ਮੰਤਰੀ ਵੱਲੋਂ ਵਰਤੀ ਗਈ ਸ਼ਕਤੀ ਦੀ ਵੀ ਜਮ ਕੇਸ਼ ਲਗਾ ਕੀਤੀ ਜ्यों ਹੀ ਮਾਨ ਨੇ ਆਪਣੇ ਟਵਿੱਟਰ ਹੈਂਡਲ ਦੇ ਨਾਲ ਹੋਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਅਧਿਕਾਰੀਆਂ ਨੂੰ ਜਾਰੀ ਕੀਤੀ ਗਈ ਚਿੱਠੀ ਪੋਸਟ ਕੀਤੀ ਦੇਵੇਂ ਹੀ ਯੂਜ਼ਰ ਦੀਆਂ ਪ੍ਰਤੀਕਿਰਿਆਵਾਂ ਵੀ ਮੁੱਖ ਮੰਤਰੀ ਦੇ ਪੱਖ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਖਾਸ ਗੱਲ ਤਾਂ ਇਹ ਹੈ ਕਿ ਅਕਸਰ ਸਰਕਾਰ ਦੇ ਕਿਸੇ ਵੀ ਫੈਸਲੇ ਤੇ ਆਪਣੀ ਵੱਖ-ਵੱਖ ਪ੍ਰਤੀਕਿਰਿਆ ਦੇਣ ਵਾਲੇ ਲੋਕ ਅੱਜ ਸੀਐਮ ਦੇ ਪੱਖ ਚ ਖੁੱਲ ਕੇ ਕਮੈਂਟ ਲਿਖ ਰਹੇ ਹਨ ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਦਿੱਤੀ ਗਈ ਚੇਤਾਵਨੀ ਨੂੰ ਲੋਕ ਮਾਸਟਰ ਸਟ੍ਰੋਕ ਮੰਨ ਰਹੇ ਹਨ ਟਵਿੱਟਰ ਅਤੇ ਫੇਸਬੁੱਕ ਤੇ ਲੋਕਾਂ ਨੇ ਪ੍ਰਸ਼ਤ ਅਧਿਕਾਰੀਆਂ ਖਿਲਾਫ ਅਸਤਿੱਕਰਨ ਅਤੇ ਉਹਨਾਂ ਦੀ ਨਕੇਲ ਕਰਨ ਦੀ ਗੱਲ ਵੀ ਕਹੀ ਫੇਸਬੁੱਕ ਅਤੇ ਟਵਿੱਟਰ ਦਾ ਯੂਜ਼ਰ ਨੇ ਮੁੱਖ ਮੰਤਰੀ ਮਾਨ ਦੇ ਫੈਸਲੇ ਦੀ ਛਲਾਗਾ ਕਰਦਾ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਫੈਸਲੇ ਲੈਣ ਅਤੇ ਪ੍ਰਸ਼ਤ ਅਧਿਕਾਰੀਆਂ ਖਿਲਾਫ ਸਖਤ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਹੈ ਪੰਜਾਬ ਚ ਗਰਤਾਤ ਤਿਆ ਦਿਹਾੜੇ ਨੂੰ ਲੈ ਕੇ ਅਲਰਟ ਜਾਰੀ ਡੀਜੀਪੀ ਨੇ ਪੁਲਿਸ ਫੋਰਸ ਨੂੰ ਦਿੱਤੇ ਖਾਸ ਨਿਰਦੇਸ਼ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਬੁੱਧਵਾਰ ਨੂੰ ਪੰਜਾਬ ਪੁਸ ਦੀ ਸਮੁੱਚੀ ਫੋਰਸ ਨੂੰ 26 ਜਨਵਰੀ ਨੂੰ ਗਰਤਾਤਿਆ ਦਿਹਾੜੇ ਦੇ ਮਦਨਜੇ ਚੌਕਸ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਸੂਬੇ ਵਿੱਚ ਕਿਉਂਕਿ ਠੰਡ ਅਤੇ ਧੁੰਦ ਦਾ ਮੌਸਮ ਚੱਲ ਰਿਹਾ ਹੈ ਡੀਜੀਪੀ ਨੇ ਖਾਸ ਤੌਰ ਤੇ ਸਰਹੱਦੀ ਖੇਤਰਾਂ 'ਚ ਵੀ ਚੌਕਸੀ ਵਧਾਉਣ ਲਈ ਕਿਹਾ ਪਿਛਲੇ ਕੁਝ ਸਮੇਂ ਤੋਂ ਧੁੰਦ ਦੇ ਮੌਸਮ 'ਚ ਸਰਹੱਦ ਪਾਰ ਤੋਂ ਡਰੋਨ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜਣ ਦੀਆਂ ਘਟਨਾਵਾਂ ਚ ਵਾਧਾ ਹੋਇਆ ਆਗਲੇ ਕੁਝ ਦਿਨਾਂ ਤੱਕ ਕਿਉਂਕਿ ਤੂਂਦ ਵਾਲਾ ਮੌਸਮ ਜਾਰੀ ਰਹਿੰਦੀ ਸੰਭਾਵਨਾ ਹੈ ਇਸ ਲਈ ਡੀਜੀਪੀ ਨੇ ਸਰਹੱਦੀ ਖੇਤਰਾਂ 'ਚ ਤਾਇਨਾਤ ਪੁਲਿਸ ਅਧਿਕਾਰੀਆਂ ਨੂੰ ਬੀਐਸਐਫ ਨਾਲ ਤਾਲਮੇਲ ਸੁਧਾਰਨ ਲਈ ਕਿਹਾ ਹੈ ਪੰਜਾਬ ਦੇ 13 ਟਰੋਲ ਪਲਾਜ਼ਾ ਤੇ ਕਿਸਾਨਾਂ ਦੇ ਧਰਨੇ ਦਾ ਮਾਮਲਾ ਹਾਈ ਕੋਰਟ ਨੇ ਜਾਰੀ ਕੀਤਾ ਇਹ ਹੁਕਮ ਪੰਜਾਬ ਦੇ 13 ਟਰੋਲ ਪਲਾਜ਼ਾ ਤੇ ਕਿਸਾਨਾਂ ਦੇ ਧਰਨੇ ਦੇ ਮਾਮਲੇ ਸੰਬੰਧੀ ਪੰ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਸੁਣਵਾਈ ਹੋਈ ਇਸ ਸੁਣਵਾਈ ਦੌਰਾਨ ਅਦਾਲਤ ਨੇ ਟੋਲ ਪਲਾਜ਼ਾ ਨੂੰ ਫਿਰ ਤੋਂ ਚਾਲੂ ਕਰਨ ਦੇ ਨਿਰਦੇਸ਼ ਦਿੱਤੇ ਨੇ ਪੰਜਾਬ ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਦੂਜਾ ਦਿਨ ਥਾਂ-ਥਾਂ ਕੀਤਾ ਜਾ ਰਿਹਾ ਭਰਵਾਂ ਸਵਾਗਤ ਇਸ ਦਿਨ ਨਾਲ ਹੀ ਹਾਈ ਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਤੇ ਡੀਜੀਪੀ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ ਐਨਐਚਏਆਈ ਵੱਲੋਂ ਹਾਈ ਕੋਰਟ 'ਚ ਪਟੀਸ਼ਨ ਪਾਈ ਗਈ ਸੀ ਕਿ ਇਹਨਾਂ ਕਿਸਾਨਾਂ ਵੱਲੋਂ ਟੋਲ ਪਲਾਜ਼ਾ ਤੇ ਲਾਏ ਗੇ ਮੋਰਚਿਆਂ ਨੂੰ ਹਟਾਇਆ ਜਾਵੇ ਕਿਉਂਕਿ ਇਸ ਨਾਲ ਰੋਜ਼ਾਨਾ ਕਰੀਬ 1.5 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਹੁਣ ਮੌਤ ਵਿੱਚ ਲੈ ਸਕੋਗੇ ਆਈਪੀਐਲ ਦਾ ਮਜ਼ਾ ਕ੍ਰਿਕਟ ਦੇ ਚਾਹਵਾਨਾਂ ਨੇ ਰਿਲੇਸ ਨੇ ਬਣਾਇਆ ਇਹ ਖਾਸ ਪਲਾਨ Jio Cinema app ਤੇ FIFA ਵਿਸ਼ਵ ਕੱਪ 2022 ਦਾ ਮੁਫਤ ਪ੍ਰਸਾਰਣ ਕਰਨ ਤੋਂ ਬਾਅਦ ਲੈਸ ਇੰਡੀਅਨ ਪ੍ਰੀਮੀਅਰ ਲੀਗ IPL ਦੇ 2023 ਦੇ ਸੀਜ਼ਨ ਦੇ ਡਿਜੀਟਲ ਪ੍ਰਸਾਰਣ ਲਈ ਇਸੇ ਤਰ੍ਹਾਂ ਦੇ ਮਾਡਲ ਨੂੰ ਅਜਮਾਉਣ ਦਾ ਟੀਚਾ ਰੱਖਿਆ ਗਿਆ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵੀਆ ਕਾਮ 18 ਲਾਈਵ ਸਪੋਰਟਸ ਸਟ੍ਰੀਮਿੰਗ ਮਾਰਕੀਟ ਵਿੱਚ ਵਿਘਨ ਪਾਉਣ ਦੀ ਯੋਜਨਾ ਨੂੰ ਲਾਗੂ ਕਰਨ ਲਈ ਕਈ ਰਣਨੀਤੀਆਂ ਦੀ ਪਰਚੋਲ ਕਰ ਰਿਹਾ ਹੈ ਇਸ ਨੇ ਅੱਗੇ ਕਿਹਾ ਕਿ ਨਕਦੀ ਨਾਲ ਭਰਪੂਰ ਲੈਸ ਕੋਰਨਰ ਮਾਰਕੀਟ ਸ਼ੇਅਰ ਲਈ ਸਸਤੇ ਜਾਂ ਮੁੱਹਤਤ ਪਾਦ ਦੀ ਪੇਸ਼ਕਸ਼ ਕਰਨ ਦੀ ਸੰਭਾਵਨਾ ਹਾਲਾਂਕਿ ਇਹ ਇੱਕ ਵਧੀਆ ਦੇਖਣ ਦੇ ਅਨੁਪਾਅ ਲਈ ਘਾਕੀ ਪੈਕੇਜਾਂ ਦੀ ਪੇਸ਼ਕਸ਼ ਕਰਨਾ ਜਾਇਦ ਰੱਖੇਗਾ ਕੰਪਨੀ ਆਈਪੀਐਲ ਪ੍ਰਸਾਰ ਨੂੰ ਖੇਤਰੀ ਭਾਸ਼ਾਵਾਂ ਵਿੱਚ ਉਪਲਬਧ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ Jio Telecom ਸਬਸਕ੍ਰਿਪਸ਼ਨ ਪੈਕੇਜਾਂ ਦੇ ਨਾਲ ਮੁਫਤ ਆਈਪੀ ਦੇਖਣ ਨੂੰ ਬੰਡਲ ਕਰ ਰਹੀ ਹੈ ਜਾਂ ਵਿਰੋਧੀ ਮੋਬਾਈਲ ਜੋ ਨਾਵਾਂ ਵਾਲੇ ਆਪੋਗਤਾਵਾਂ ਨੂੰ Jio ਸਿਨੇਮਾ ਤੇ ਕਿਸੇ ਤਰ੍ਹਾਂ ਦੇ ਮਹਤਵਪੂਰਨ ਪ੍ਰਸਾਰਣ ਤੱਕ ਪਹੁੰਚ ਕਰਨ ਦੀ ਆਗਿਆ ਦੇ ਰਹੀ ਹੈ ਪੰਜਾਬ ਚ ਅਣਮਿੱਥੇ ਸਮੇਂ ਲਈ ਹੜਤਾਲ ਤੇ ਗਏ 108 ਐਂਬੂਲੈਂਸ ਐਸੋਸੀਏਸ਼ਨ ਦੇ ਮੁਲਾਜ਼ਮ ਸੂਬੇ ਪੱਛਾ ਆਪਣੀਆਂ ਮੰਗਾਂ ਨੂੰ ਲੈ ਕੇ 108 ਐਂਬੂਲੈਂਸ ਐਸੋਸੀਏਸ਼ਨ ਦੇ ਅਣਮਿੱਥੇ ਸਮੇਂ ਦੇ ਲਈ ਹੜਤਾਲ ਤੇ ਚਲੇ ਗਏ ਨੇ ਇਸ ਹੜਤਾਲ ਦੇ ਕਾਰਨ ਹੁਣ 108 ਐਂਬੂਲੈਂਸ ਕਿਸੇ ਵੀ ਮਰੀਜ਼ ਨੂੰ ਹਸਪਤਾਲ ਲੈ ਕੇ ਨਹੀਂ ਆਵੇਗੀ ਹੜਤਾਲ ਨੂੰ ਲੈ ਕੇ 108 ਐਂਬੂਲੈਂਸ ਐਸੋਸੀਏਸ਼ਨ ਨੇ ਦੱਸਿਆ ਕਿ ਉਹਨਾਂ ਵੱਲੋਂ ਹੜਤਾਲ ਕਰਨ ਤੋਂ ਪਹਿਲਾਂ 72 ਘੰਟੇ ਦੇ ਲਈ ਆਲਟੀਮੇਟਮ ਦਿੱਤਾ ਗਿਆ ਸੀ ਪਰ ਸਰਕਾਰ ਉਹਨਾਂ ਦੀਆਂ ਮੰਗਾਂ ਵੱਲੋਂ ਬਿਲਕੁਲ ਵੀ ਧਿਆਨ ਨਹੀਂ ਦਿੰਦਾ ਇਸ ਕਾਰਨ ਉਹਨਾਂ ਵੱਲੋਂ ਹੁਣ ਇਕਾਦਮ ਚੁੱਕਿਆ ਗਿਆ ਹੈ ਉਹਨਾਂ ਕਹਿੰਦੇ ਕਿ ਸੂਬੇ ਪਾਰਚ 108 ਐਂਬੂਲੈਂਸ ਕੋਈ ਵੀ ਸੇਵਾ ਨਹੀਂ ਨਿਭਾਵੇਗੀ ਉਹਨਾਂ ਕਹਿੰਦੇ ਕਿ ਇਸ ਦੌਰਾਨ ਜੇਕਰ ਕਿਸੇ ਵੀ ਮਰੀਜ਼ ਨੂੰ ਪਰੇਸ਼ਾਨੀ ਆਉਂਦੀ ਹੈ ਤਾਂ ਉਸਦੀ ਜ਼ਿੰਮੇਵਾਰੀ ਸਿੱਧੇ ਤੌਰ ਤੇ ਪੰਜਾਬ ਸਰਕਾਰ ਦੀ ਹੋਵੇਗੀ ਪੰਜਾਬ ਦਾ ਬਦਲੇਗਾ ਮੌਸਮ ਅੱਜ ਤੇ ਕੱਲ بارش ਦਾ ਅਲਰਟ 14 ਤੇ 15 ਜਨਵਰੀ ਨੂੰ ਸੰਗਣੀ ਤੋਂ ਦੇ ਅਸਰ ਆ ਅਗਲੇ ਦਿਨ ਵਿੱਚ ਪੰਜਾਬ ਦਾ ਮੌਸਮ ਬਦਲੇਗਾ ਮੌਸਮ ਵਿਭਾਗ ਨੇ ਪੁਖ ਬਾਨੀ ਕੀਤੀ ਹੈ ਕਿ ਅੱਜ 13 ਜਨਵਰੀ ਨੂੰ ਪੰਜਾਬ ਦੇ ਕਈ ਹਿੱਸੇ ਵਿੱਚ ਮੀਂਹ ਪੈ ਸਕਦਾ ਹੈ ਦੇ ਨਾਲ ਹੀ ਮੀਂਹ ਤੋਂ ਬਾਅਦ 14 ਤੇ 15 ਜਨਵਰੀ ਨੂੰ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਤੇ ਠੰਡ ਹੋਰ ਵਧੇਗੀ ਇਸ ਲਈ ਅਜੇ ਠੰਡ ਤੇ ਧੁੰਦ ਤੋਂ ਰਾਹਤ ਦੀ ਕੋਈ ਸੰਭਾਵਨਾ ਨਹੀਂ ਹੈ ਦਾਦੇ ਕੇ ਪੰਜਾਬ ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਹਾਰੀ ਚੀਰਵੀ ਠੰਡ ਤੇ ਸੰਗਠਿਤ ਤੋਂ ਬਾਅਦ ਬੁੱਧਵਾਰ ਨੂੰ ਕਈ ਥਾਵਾਂ ਤੇ ਕਿਣਮਨ ਹੋਈ ਹਾਲਾਂਕਿ ਮੀਂਹ ਦੇ ਨਾਲ ਠੰਡੀਆਂ ਹਵਾਵਾਂ ਚੱਲੀਆਂ ਇਸ ਦੇ ਨਾਲ ਠੰਡ ਕਾਫੀ ਵਧ ਗਈ ਤੇ ਅੱਜ بارش ਹੋਣ ਦੇ ਵੀ ਆਸਾਰ ਨਹੀਂ ਬਜ਼ੁਰਗਾਂ ਲਈ ਕੁਝ ਕਾਬਰੇ 3000 ਰੁਪਏ ਪ੍ਰਤੀ ਮਹੀਨਾ ਵਾਲੇ ਕੀ ਪੈਂਚਟ ਟੈਕਸ ਵਿੱਚ ਵੀ ਮਿਲੇਗੀ ਛੋਟ ਸਰਕਾਰ ਨੇ ਬਣਾਈ ਯੋਜਨਾ ਬਜ਼ੁਰਗਾਂ ਲਈ ਵੱਡੀ ਖਬਰ ਹੈ ਜੀ ਦੇਸ਼ ਦਾ ਬਜਟ ਆਉਣ 'ਚ ਕੁਝ ਹੀ ਦਿਨ ਬਾਕੀ ਹਨ ਅਤੇ ਇਸ ਵਾਰ ਸਰਕਾਰ ਬਜ਼ੁਰਗਾਂ ਲਈ ਵੱਡੀ ਖੁਸ਼ਖਬਰੀ ਦੇਣ ਜਾ ਰਹੀ ਹੈ ਕੇਂਦਰ ਸਰਕਾਰ ਗਰੀਬਾਂ ਔਰਤਾਂ ਕਿਸਾਨਾਂ ਅਤੇ ਬਜ਼ੁਰਗਾਂ ਸਮੇਤ ਸਾਰੇ ਵਰਗਾਂ ਨੂੰ ਕੁਝ ਰਾਹਤ ਦੇਣ ਦੀ ਤਿਆਰੀ ਕਰ ਰਹੀ ਹੈ ਇਸ ਵਾਰ ਉਮੀਦ ਕੀਤੀ ਜਾ ਰਹੀ ਹੈ ਕਿ ਬਜ਼ੁਰਗ ਆਬਾਦੀ ਦੀ ਪੈਨਸ਼ਨ ਸਕੀਮ ਵਿੱਚ ਵਾਅਦਾ ਹੋ ਸਕਦਾ ਹੈ ਇਸ ਨਾਲ ਹੀ ਇਹਨਾਂ ਲੋਕ ਇਨਕਮ ਟੈਕਸ ਵਿੱਚ ਛੋਟ ਦਾ ਲਾਭ ਮਿਲ ਸਕਦਾ ਹੈ ਆਮ ਬਜਟ ਤੋਂ ਪਹਿਲਾਂ ਕੁਝ ਗੈਰ ਸਰਕਾਰੀ ਸੰਗਠਨਾਂ ਨੇ ਦੇਸ਼ ਦੀ ਬਜ਼ੁਰਗ ਆਬਾਦੀ ਦੀ ਬਿਹਤਰੀ ਲਈ ਕਦਮ ਜੋ ਕੰਦਾ ਸੁਝਾ ਦਿੰਦਾ ਹੈ ਇਹਨਾਂ ਵਿੱਚ ਬੁਢਾਪਾ ਪੈਨਸ਼ਨ ਵਿੱਚ ਵਾਧਾ ਉਹ ਵਾਧੂ ਆਮਦਨ ਟੈਕਸ ਕਰ ਰਾਹਤ ਅਤੇ ਬਜ਼ੁਰਗਾਂ ਦੁਆਰਾ ਵਾਰ-ਵਾਰ ਵਾਤੇ ਜਾਨਵਰ ਉਤਪਾਦਾਂ ਤੇ ਜੀਐਸਟੀ ਛੋਟ ਸ਼ਾਮਲ ਹੈ ਸ਼ਾਰਕਤੇ ਖੜੇਵਾਨਾਂ ਦਾ ਕਟਿਆ ਜਾਵੇਗਾ ਚਲਾਨ ਟਰਾਂਸਪੋਰਟ ਮੰਤਰੀ ਨੇ ਜਾਰੀ ਕੀਤੇ ਇਹ ਹੁਕਮ ਸੂਬੇ ਵਿੱਚ ਸੜਕ ਸੁਰੱਖਿਆ ਹਫਤੇ ਦੀ ਸ਼ੁਰੂਆਤ ਕਰਦਿਆ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਕੱਲ ਸੜਕ ਹਾਦਸਿਆਂ ਵਿੱਚ ਮੌਤਾਂ ਦਾ ਘਟਾਉਣ ਲਈ ਸਮੂਹ ਸੰਬੰਧਿਤ ਤੇ ਰਾਣੂ ਜ਼ੋਰਦਾਰ ਹਮਲਾ ਮਾਰਨ ਦਾ ਸੱਦਾ ਦਿੱਤਾ ਉਹਨਾਂ ਕਿਹਾ ਕਿ ਹਾਦਸਿਆਂ ਵਿੱਚ ਆਜ਼ਾਈ ਜਾ ਰਹੀਆਂ ਮੌਤਾਂ ਨੂੰ ਰੋਕਣ ਦੇ ਸੰਬੰਧ ਵਿਭਾਗਾਂ ਸਮਾਜ ਸੇਵੀ ਸੰਸਥਾਵਾਂ ਅਤੇ ਖਾਸ ਕਰ ਰਾਹਗੀਰਾਂ ਨੂੰ ਜ਼ਿੰਮੇਵਾਰੀ ਨਾਲ ਆਪਣੀ ਭੂਮਿਕਾ ਨਿਭਾਉਣੀ ਪਵੇਗੀ ਤੇ ਇੱਕ ਹਫ਼ਤੇ ਦੇ ਬਜਾਏ ਸਾਰਾ ਸਾਲ ਖੁਦ ਨੂੰ ਸੜਕ ਸੁਰੱਖਿਆ ਨੂੰ ਸਮਰਪਿਤ ਕਰਨਾ ਪਵੇਗਾ ਛੜਕੀ ਆਵਾਜ਼ ਅਤੇ ਰਾਜਮਾਰਗ ਮੰਤਰਾਲੇ ਦੇ ਦੇਸ਼ਾਂ ਨਿਰਦੇਸ਼ਾਂ ਅਨੁਸਾਰ 11 ਤੋਂ 17 ਜਨਵਰੀ 2023 ਤੱਕ ਸੜਕ ਸੁਰੱਖਿਆ ਹਫ਼ਤਾ ਮਨਾਉਣ ਦੇ ਫੈਸਲੇ ਤਹਿਤ ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ਵੱਲੋਂ ਲੀਕੇ ਪ੍ਰੋਗਰਾਮ ਦਾ ਆਗਾਜ਼ ਕਰਦੇ ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ ਜ਼ਿਆਦਾਤਰ ਵੱਡੇ ਅਤੇ ਘਾਤਕ ਸੜਕ ਹਾਦਸੇ ਦਸੰਬਰ ਤੋਂ ਫਰਵਰੀ ਤੱਕ ਤੋਂ ਦੇ ਮੌਸਮ ਦੌਰਾਨ ਵਾਪਰਦੇ ਨੇ ਜਿਨ੍ਹਾਂ ਨੂੰ ਘਟਾਉਣਾ ਵੱਡੀ ਚੁਣੌਤੀ ਹੈ ਇਸ ਲਈ ਵਿਸ਼ੇਸ਼ ਮਹਿੰਮ ਦੀ ਲੋੜ ਹੈ ਉਹਨਾਂ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਤੰਦਰ ਦੇ ਇੱਕ ਮੌਸਮ ਦੌਰਾਨ ਹਾਦਸਿਆਂ ਦਾ ਕਾਰਨ ਬਣ ਰਹੇ ਸੜਕਾਂ ਤੇ ਖੜੇ ਵੱਡੇ ਵਾਹਨਾਂ ਦੇ ਚਲਾਨ ਕੀਤੇ ਜਾਣ। ਕੈਨੇਡਾ ਦੇ ਪੀਆਰ ਅਡੀਕ ਰਹੇ ਲੋਕਾਂ ਨੂੰ ਜਲਦ ਮਿਲੇਗੀ ਖੁਸ਼ਖਬਰੀ ਜੀ ਹਾਂ ਦੋਸਤੋ ਕੈਨੇਡਾ ਦੀ ਪੀਆਰ ਜਾਂ ਸਿਟੀਜ਼ਨਸ਼ਿਪ ਉਡੀਕ ਰਹੇ ਪ੍ਰਵਾਸੀਆਂ ਨੂੰ ਜਲਦ ਹੀ ਖੁਸ਼ਖਬਰੀ ਮਿਲੇਗੀ ਕਿਉਂਕਿ ਇਮੀਗ੍ਰੇਸ਼ਨ ਅਰਜ਼ੀਆਂ ਦੇ ਬੈਕਲੌਗ ਵਿੱਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ ਪਿਛਲੇ 3 ਮਹੀਨਿਆਂ ਵਿੱਚ ਹੀ ਅਰਜ਼ੀਆਂ ਦਾ ਬੈਕਲੌਗ 24 ਲੱਖ ਤੋਂ ਘਟ ਕੇ 21 ਲੱਖ ਤੇ ਪਹੁੰਚ ਗਿਆ ਹੈ ਇਸ ਦੌਰਾਨ ਪੀਆਰ ਦੀਆਂ ਅਰਜ਼ੀਆਂ ਵਿੱਚ ਥੋੜਾ ਵਾਧਾ ਹੋਇਆ ਪਰ ਸਿਟੀਜ਼ਨਸ਼ਿਪ ਅਤੇ ਟੈਂਪੋਰਰੀ ਰੈਜ਼ੀਡੈਂਟ ਵਾਲੀਆਂ ਅਰਜ਼ੀਆਂ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ ਸਰਕਾਰ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ 5000 ਤੋਂ 10000 ਰੁਪਏ ਦੇ ਰਹੀ ਹੈ ਇੰਜ ਕਰੋ ਅਪਲਾਈ ਸਰਕਾਰ ਵੱਲੋਂ ਸਿੱਖਿਆ ਨੂੰ ਪਰਫੁੱਲਤ ਕਰਨ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਸੁਭਾ ਸਰਕਾਰ ਵੱਲੋਂ ਸਕੀਮਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ ਇਸੇ ਲਈ ਤਹਿਤ ਦਿੱਲੀ ਸਰਕਾਰ ਨੇ ਵੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਕੀਮ ਸ਼ੁਰੂ ਕੀਤੀ ਹੈ ਇਹ ਸਕੀਮ ਵਿਦਿਆਰਥੀ ਪ੍ਰਤਿਭਾ ਜੋਨ ਹੈ ਦੇਸ਼ ਸਰਕਾਰ ਐਸਆਈਓ ਇਹਨਾਂ ਦੇ ਤਹਿਤ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ਖਾਸ ਤੌਰ ਤੇ ਅਜਿਹੇ ਵਿਦਿਆਰਥੀਆਂ ਜਿਨ੍ਹਾਂ ਦੀ ਵਿੱਤੀ ਹਾਲਤ ਚੰਗੀ ਨਹੀਂ ਹੈ ਇਸ ਸਕੀਮ ਦਾ ਲਾਭ 9ਵੀਂ 10ਵੀਂ 11ਵੇਂ ਤੇ 12ਵੇਂ ਜਮਾਤਾਂ ਵਿੱਚ ਪੜ ਰਹੇ ਵਿਦਿਆਰਥੀਆਂ ਨੂੰ ਮਿਲਦਾ ਹੈ ਤਾਂ ਆਓ ਜਾਣਦੇ ਹਾਂ ਅਸੀਂ ਉਹ ਇਹਨਾਂ ਦੇ ਤਹਿਤ ਕਿਸ ਨੋਕਾ ਤੇ ਕਿੰਨਾ ਲਾਭ ਮਿਲੇਗਾ ਇਸ ਸਕੀਮ ਤਹਿਤ ਯੋਗ ਵਿਦਿਆਰਥੀਆਂ ਨੂੰ ਲਾਭ ਦਿੱਤਾ ਜਾਂਦਾ ਜੇਕਰ ਵਿਦਿਆਰਥੀ 9ਵੀਂ ਜਾਂ 10ਵੀਂ ਵਿੱਚ ਪੜਦਾ ਤਾਂ ਪਿਛਲੀ ਜਮਾਤ ਵਿੱਚ ਉਸਨੇ 50 ਫੀਦੀ ਅੰਕ ਹਾਂ ਤਾਂ ਉਸ ਨੂੰ 5000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਜੇਕਰ 11ਵੀਂ ਅਤੇ 12ਵੀਂ ਜਮਾਤ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਪਿਛਲੇ ਜਮਾਤ ਵਿੱਚ 60 ਅੰਕ ਹਨ ਤਾਂ ਉਹਨਾਂ ਨੂੰ 10000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਇਹ ਲਾਭ ਦਿੱਲੀ ਦੇ ਮੂਲ ਵਿਦਿਆਰਥੀਆਂ ਨੂੰ ਹੀ ਮਿਲੇਗਾ ਹਾਈਵੇ 30 ਨੇ ਕਿਸਾਨ ਨੂੰ ਬਿਨਾਂ ਦੱਸੇ ਹੀ ਵਾਅਦਾ ਦਿੱਤੀ 5 ਏਕੜ ਫਸਲ ਬਲਾਕ ਦੰਡਾਲਾ ਦੇ ਪਿੰਡ ਦਮੋਲੀਆ ਦੇ ਇੱਕ ਕਿਸਾਨ ਦੀ ਹਾਈਵੇ ਥਾਰਟੀ ਨੇ ਕਿਸਾਨਾਂ ਨੂੰ ਬਿਨਾਂ ਦੱਸੇ ਹੀ ਉਸ ਦੀ 5 ਏਕੜ ਚ ਬੀਜੀ ਕਣਕ ਦੀ ਫਸਲ ਵਾਹ ਦਿੱਤੀ ਇਸ ਘਟਨਾ ਨਾਲ ਜਿੱਥੇ ਕਿਸਾਨ ਸਾਦਮੇ ਚਾ ਉੱਥੇ ਪਿੰਡ ਵਾਲਿਆਂ ਚ ਇਸ ਪ੍ਰਤੀ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਗਲਬਾਦ ਕਰਦਿਆਂ ਪੀੜਤ ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਦਮੋਲੀਆ ਨੇ ਦੱਸਿਆ ਕਿ ਉਸਨੇ ਪਿੰਡ ਦਮੋਲੀਆ ਦੀ 5 ਏਕੜ ਪੰਚਾਇਤ ਦੀ ਜ਼ਮੀਨ ਠੇਕੇ ਉੱਤੇ ਲੈ ਕੇ ਉੱਥੇ ਕਣਕ ਬੀਜੀ ਹੋਈ ਸੀ ਜਿਸ ਦਾ ਠੇਕਾ 3.5 ਲੱਖ ਰੁਪਏ ਹੈ ਤੇ ਜੋ ਉਸਨੇ ਪੰਚਾਇਤ ਨੂੰ ਅਦਾ ਕਰ ਦਿੱਤਾ ਪਰ ਹਾਈਵੇ ਕਟੀ ਵੱਲੋਂ ਉਹਨਾਂ ਨੂੰ ਬਿਨਾਂ ਦੱਸੇ ਸਾਡੀ ਕਣਕ ਦੀ ਫਸਲਵਾ ਦਿੱਤੀ ਜਿਸ ਕਰਕੇ ਉਸ ਦਾ ਤਕਰੀਬਨ 4 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਹੋਏ ਨੁਕਸਾਨ ਦਾ ਉਸ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ 'ਚ ਫਿਰ ਵੱਡੀ ਕੋਤਾਹੀ ਜੀਹਾਂ ਦੋਸਤੋ ਪੰਜਾਬ ਅਗਰੋਂ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨरेन्द्र ਮੋਦੀ ਦੀ ਸੁਰੱਖਿਆ ਵਿੱਚ ਵੱਡੀ ਅਣਗਹਿਲੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਘਟਨਾ ਕਰਨਾਟਕ ਤੋਂ ਸਾਹਮਣੇ ਆਈ ਹੈ ਜਿੱਥੇ ਰੋਡਸੋਧਰਣ ਇੱਕ ਵਿਅਕਤੀ ਸੁਰੱਖਿਆ ਘੇਰਾ ਤੋੜ ਕੇ ਪੀਐਮ ਦੀ ਕਾਰ ਤੱਕ ਪਹੁੰਚ ਗਿਆ ਉਸਨੇ ਪ੍ਰਧਾਨ ਮੰਤਰੀ ਦੇ ਗੱਲ 'ਚ ਹਾਰ ਪਾਉਣ ਦਾ ਯਤਨ ਕੀਤਾ ਹਾਲਾਂਕਿ ਇਸ ਦੌਰਾਨ ਸਖਿਆ ਕਰਮੀਆਂ ਨੇ ਉਸ ਵਿਅਕਤੀ ਨੂੰ ਸੁਰੱਖਿਆ ਘੇਰੇ ਤੋਂ ਤੁਰੰਤ ਬਾਹਰ ਕੱਢ ਦਿੱਤਾ ਪਰ ਇਸ ਨੂੰ ਪੀਐਮ ਦੀ ਸੁਰੱਖਿਆ ਵਿੱਚ ਵੱਡੀ ਅਣਗਹਿਲੀ ਮੰਨਿਆ ਜਾ ਰਿਹਾ ਹੈ ਤਾ ਦੋਸਤੋ ਇਸsingੀਆਂ ਆਪਣੀਆਂ ਅੱਜ ਸਵੇਰ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਦੋਸਤੋ ਜੇ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੈ ਤਾਂ ਜਾਣਕਾਰੀ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਤੇ ਦੋਸਤੋ ਅਸੀਂ ਮਿਲਦੇ ਹਾਂ ਅਗਲੇ ਦਿਨ ਦੀਆਂ ਨਵੀਆਂ ਤੇ ਹੋਰਾਂ ਤਾਜ਼ਾ ਖਬਰਾਂ ਨਾਲ ਹੋਂ ਦੇ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ